ਵੋਟਾਂ ਲੁੱਟ ਲਈਆਂ ਜਾਂਦੀਆਂ, ਕੋਈ ਨਵਾਂ ਜੁਮਲਾ ਛੱਡ ਕੇ, ਸ਼ਗੂਫਾ ਛੱਡ ਕੇ, ਕਦੇ ਘਰ ਘਰ ਰੁਜ਼ਗਾਰ ਦਾ, ਕਦੇ ਖਾਤਿਆਂ 'ਚ 15 ਲੱਖ ਪਾਉਣ ਦਾ, ਕਦੇ ਪਾਕਿਸਤਾਨ ਨੂੰ ਸਰਪਲਸ ਬਿਜਲੀ ਭੇਜਣ ਦਾ, ਪਰ ਅਸਲੀਅਤ ਇਹ ਹੈ ਕਿ ਇਹ ਸ਼ਗੂਫਿਆਂ ਨਾਲ ਵੋਟਾਂ ਲੁੱਟ ਕੇ ਮੁੜ ਕੇ 5-7 ਲੋਕਾਂ ਨੂੰ ਲੁੱਟਿਆ ਜਾਂਦਾ। ਰੁਜ਼ਗਾਰ ਦੀ ਤਾਂ ਗੱਲ ਹੀ ਕੀ ਹੈ, ਅਤੇ ਜਿਹੜਾ ਵਿਕਾਸ ਹੈ ਉਹ ਗਲੀਆਂ ਨਾਲੀਆਂ ਤੱਕ ਸੀਮਿਤ ਰਹਿ ਗਿਆ। ਕਿਸੇ ਨੂੰ ਪਤਾ ਨਹੀਂ ਕਿ ਕੂੜਾ ਕਿੱਥੇ ਜਾਣਾ, ਸੀਵਰੇਜ ਕਦੋਂ ਪੈਣਾ ਪਿੰਡਾਂ 'ਚ, ਪਾਰਕ ਕਦੋਂ ਬਣਨੇ, ਈਵਨ ਕਿ ਰੋਪੜ ਵਰਗੇ ਸ਼ਹਿਰਾਂ ਦੇ ਵਿੱਚ ਸੀਵਰੇਜ ਦੀ ਅਤੇ ਪਾਣੀ ਦੀ ਜਿਹੜੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਸੋ ਲੋਕ ਇਹਨਾਂ ਤੋਂ ਔਖੇ ਬਹੁਤ ਨੇ, ਰੁਜ਼ਗਾਰ ਦੇ ਲਈ ਡਾਂਗਾਂ ਪੈਂਦੀਆਂ ਜਦੋਂ ਰੈਲੀ ਜਾਂਦੇ ਆ, ਅਤੇ ਇਸ ਐਤਕੀ ਲੋਕ ਕਿਸੇ ਸ਼ਗੂਫੇਬਾਜ਼ੀ ਝੂਠ ਦੇ ਵਿੱਚ ਆਉਣ ਵਾਲੇ ਨਹੀਂ ਹੈ। ਲੋਕ ਬਦਲਾਅ ਦੇ ਲਈ ਆਪਣਾ ਮਨ ਬਣਾਈ ਬੈਠੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ, ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ। ਰੋਪੜ ਦੀਆਂ ਤਸਵੀਰਾਂ ਨੇ, ਕੁਛ ਲੋਕੋਂ ਕੋ ਸ਼ੌਕ ਥਾ ਆਪਣੇ ਘਰ ਮੇ ਮਛਲੀਆਂ ਕੈਦ ਕਰਨੇ ਕਾ, ਕੁਛ ਲੋਕੋਂ ਕੋ ਸ਼ੌਕ ਥਾ ਆਪਣੇ ਘਰ ਮੇ ਮਛਲੀਆਂ ਕੈਦ ਕਰਨੇ ਕਾ ਵੋ ਖੁਸ਼ ਥੇ, ਕੁਛ ਲੋਕ ਜ਼ਮਾਨੇ ਮੇ ਐਸੇ ਵੀ ਥੇ ਜੋ ਆਂਖੋਂ ਮੇ ਸਮੁੰਦਰ ਰੱਖਤੇ ਥੇ। ਮੇਰੇ ਨਾਲ ਖੜ੍ਹੇ ਨੇ ਦਿਨੇਸ਼ ਚੱਡਾ ਜੀ, ਆਮ ਆਦਮੀ ਪਾਰਟੀ ਵੱਲੋਂ। ਇਹਨਾਂ ਦੀ ਮਿਹਨਤ, ਇਹਨਾਂ ਦੇ ਜਜ਼ਬੇ ਨੂੰ ਦੇਖ ਕੇ ਰੋਪੜ ਤੋਂ, ਰੂਪਨਗਰ ਹਲਕੇ ਤੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਇਸ ਵਕਤ ਇਹ ਗੁਰਦੁਆਰਾ ਭੱਠਾ ਸਾਹਿਬ ਵਿਖੇ ਖੜ੍ਹੇ ਨੇ, ਗੁਰੂ ਮਹਾਰਾਜ ਦਾ ਆਸਰਾ ਲੈਣ ਆਏ ਨੇ, ਕਿਉਂਕਿ ਇਸ ਵਕਤ ਸ਼ਹੀਦੀ ਦਿਹਾੜਾ ਵੀ, ਇਹ ਵੀ ਬਹੁਤ ਵਧੀਆ ਖਬਰ ਹੈ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਬੇਸ਼ੱਕ ਇਹ ਸੋਗ ਦੇ ਦਿਨ ਨੇ, ਪਰ ਇਹਨਾਂ ਲਈ ਇਹ ਖੁਸ਼ੀ ਦੀ ਖਬਰ ਹੈ। ਇਹਨਾਂ ਨੂੰ ਜੋ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ, ਉਹਨਾਂ ਵੱਲੋਂ ਇਹਨਾਂ ਨੂੰ ਟਿਕਟ ਲਾਂਚ ਕੀਤੀ ਗਈ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਜੀ ਸਾਡੇ ਅਦਾਰੇ ਵੱਲੋਂ ਤੁਹਾਨੂੰ ਵਧਾਈਆਂ, ਟਿਕਟ ਲਾਂਚ ਕੀਤੀ ਹੈ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਬਹੁਤ ਬਹੁਤ ਧੰਨਵਾਦ ਜੀ। ਮੈਂ ਜਿੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੇ ਆਇਆ, ਉੱਥੇ ਹੀ ਮੈਂ ਨਾਲ ਧੰਨਵਾਦ ਕਰਦਾ ਪਾਰਟੀ ਹਾਈਕਮਾਂਡ ਦਾ, ਅਤੇ ਪਾਰਟੀ ਦੇ ਜਿੰਨੇ ਵਲੰਟੀਅਰਸ ਹੈ ਉਹਨਾਂ ਦੀ ਸਾਰੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਇਸ, ਮੇਰੇ 'ਤੇ ਯਕੀਨ ਕੀਤਾ, ਇਸ ਚੋਣ ਲੜਨ ਦੇ ਲਈ ਮੈਨੂੰ ਚੁਣਿਆ ਰੂਪਨਗਰ ਵਿਧਾਨ ਸਭਾ ਹਲਕੇ ਤੋਂ। ਗੰਦਗੀ ਸਾਫ਼ ਕਰਨ ਲਈ ਤਾਂ ਬਹੁਤ ਸਾਰੇ ਨੇਤਾ ਆਏ ਨੇ, ਜਿਹਦੇ ਵਿੱਚ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ, ਬੜੇ ਨੇਤਾ ਆਏ ਨੇ, ਅਸੀਂ ਗੰਦਗੀ ਸਾਫ਼ ਕਰ ਦਿਆਂਗੇ, ਇਹ ਸਾਫ਼ ਕਰ ਦਿਆਂਗੇ, ਪਰ ਤੁਸੀਂ ਐਡਵੋਕੇਟ ਹੋ, ਕੀ ਆ ਅੱਗੇ ਕੀ ਕਰਾਂਗੇ ਆਪਾਂ ਜਨਤਾ ਲਈ? ਬੜਾ ਕੁਛ ਹੈ ਰੋਪੜ ਜ਼ਿਲ੍ਹੇ ਦੇ, ਬਹੁਤ ਕੁਛ ਹੈ ਜਿਹੜਾ ਕਰਨ ਨੂੰ ਬਾਕੀ ਪਿਆ। ਰੋਪੜ ਜ਼ਿਲ੍ਹੇ ਵਿੱਚ ਤਾਂ ਕੁਛ ਹੋਇਆ ਹੀ ਨਹੀਂ, ਚਾਹੇ ਇਕੱਲੇ ਆਪਾਂ ਰੋਪੜ ਜ਼ਿਲ੍ਹੇ ਦੀ ਗੱਲ ਕਰ ਲਈਏ, ਚਾਹੇ ਪੰਜਾਬ ਦੀ ਗੱਲ ਕਰ ਲਈਏ। ਅਸਲ ਦੇ ਵਿੱਚ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਸਮੱਸਿਆਵਾਂ ਹੀ ਸਮੱਸਿਆਵਾਂ ਮਿਲੀਆਂ, ਲੋਕਾਂ ਦੇ ਪੱਲੇ ਕੋਈ ਖੈਰ ਪੈਣ ਦੀ ਬਜਾਏ ਉਲਟਾ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਹੀ ਵੱਜਿਆ। ਲੋਕਾਂ ਨੂੰ ਵੋਟਾਂ ਲੁੱਟ ਲਈਆਂ ਜਾਂਦੀਆਂ, ਕੋਈ ਨਵਾਂ ਜੁਮਲਾ ਛੱਡ ਕੇ, ਸ਼ਗੂਫਾ ਛੱਡ ਕੇ, ਕਦੇ ਘਰ ਘਰ ਰੁਜ਼ਗਾਰ ਦਾ, ਕਦੇ ਖਾਤਿਆਂ 'ਚ 15 ਲੱਖ ਪਾਉਣ ਦਾ, ਕਦੇ ਪਾਕਿਸਤਾਨ ਨੂੰ ਸਰਪਲਸ ਬਿਜਲੀ ਭੇਜਣ ਦਾ, ਪਰ ਅਸਲੀਅਤ ਇਹ ਹੈ ਕਿ ਇਹ ਸ਼ਗੂਫਿਆਂ ਨਾਲ ਵੋਟਾਂ ਲੁੱਟ ਕੇ ਮੁੜ ਕੇ 5-7 ਲੋਕਾਂ ਨੂੰ ਲੁੱਟਿਆ ਜਾਂਦਾ। ਅੱਜ ਲੋਕਾਂ ਦੇ ਪੱਲੇ ਨਾ ਤਾਂ ਸਾਂਝੀ ਸਿੱਖਿਆ ਵਾਲੇ, ਬਰਾਬਰ ਸਿੱਖਿਆ ਵਾਲੇ ਸਰਕਾਰੀ ਸਕੂਲ ਰਹੇ, ਨਾ ਮੁਫਤ ਇਲਾਜ ਵਾਲੇ ਸਰਕਾਰੀ ਹਸਪਤਾਲ ਰਹੇ। ਰੁਜ਼ਗਾਰ ਦੀ ਤਾਂ ਗੱਲ ਹੀ ਕੀ ਹੈ, ਅਤੇ ਜਿਹੜਾ ਵਿਕਾਸ ਹੈ ਉਹ ਗਲੀਆਂ ਨਾਲੀਆਂ ਤੱਕ ਸੀਮਿਤ ਰਹਿ ਗਿਆ। ਕਿਸੇ ਨੂੰ ਪਤਾ ਨਹੀਂ ਕਿ ਕੂੜਾ ਕਿੱਥੇ ਜਾਣਾ, ਸੀਵਰੇਜ ਕਦੋਂ ਪੈਣਾ ਪਿੰਡਾਂ 'ਚ, ਪਾਰਕ ਕਦੋਂ ਬਣਨੇ, ਈਵਨ ਕਿ ਰੋਪੜ ਵਰਗੇ ਸ਼ਹਿਰਾਂ ਦੇ ਵਿੱਚ ਸੀਵਰੇਜ ਦੀ ਅਤੇ ਪਾਣੀ ਦੀ ਜਿਹੜੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਸੋ ਇਹ ਹੋ ਇਸ ਕਰਕੇ ਨਹੀਂ ਰਿਹਾ ਕਿਉਂਕਿ ਜਿੱਥੋਂ ਜਿੱਥੋਂ ਵੀ ਕਮਾਈ ਹੋ ਸਕਦੀ ਹੈ ਸਰਕਾਰਾਂ ਨੂੰ, ਹਰ ਖੇਤਰ ਦੇ ਵਿੱਚ ਵੱਡੇ ਵੱਡੇ ਮਾਫੀਏ ਬਣ ਗਏ। ਪੈਸਾ ਜਿਹੜਾ ਉਹ ਖਜ਼ਾਨੇ ਜਾਣ ਦੀ ਬਜਾਏ ਸਿਆਸੀ ਮਾਫੀਆਂ ਦੇ ਘਰਾਂ ਦੇ ਵਿੱਚ ਜਾ ਰਿਹਾ। ਸੋ ਅਸੀਂ ਰਲ ਕੇ ਸਾਰੀ ਟੀਮ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਤਾਂ ਲੋਕਾਂ ਦਾ ਪੈਸਾ ਲੋਕਾਂ ਦੇ ਉੱਪਰ ਲੱਗ ਸਕੇ, ਲੋਕਾਂ ਨੂੰ ਚੰਗੇ ਸਕੂਲ ਮਿਲ ਸਕਣ। ਉਹਦੀ ਗਰੰਟੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਤੀ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਤੋਂ ਵਧੀਆ ਹੋਣਗੇ। ਉਹਨਾਂ ਨੇ ਗਰੰਟੀ ਦਿੱਤੀ ਹੈ ਕਿ ਓਪਰੇਸ਼ਨ, ਇਲਾਜ, ਦਵਾਈਆਂ ਮੁਫਤ ਹੋਏਗਾ। ਉਹਨਾਂ ਨੇ ਗਰੰਟੀ ਦਿੱਤੀ ਹੈ ਕਿ ਬਿਜਲੀ ਮੁਫਤ ਹੋਏਗੀ। ਉਹਨਾਂ ਨੇ ਗਰੰਟੀ ਦਿੱਤੀ ਹੈ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਸਾਰਾ ਦਿਨ ਚੌਂਕੇ ਚੁੱਲ੍ਹੇ ਦਾ ਕੰਮ ਘਰਾਂ 'ਚ ਕਰਦੀਆਂ, ਸਫਾਈ ਦਾ ਕਰਦੀਆਂ, ਉਹਨਾਂ ਨੂੰ 1,000 ਰੁਪਈਆ ਮਹੀਨਾ ਮਾਣ ਭੱਤਾ ਮਿਲੇਗਾ। ਰੁਜ਼ਗਾਰ ਦੀ ਬੜੀ ਅਰਵਿੰਦ ਕੇਜਰੀਵਾਲ ਜੀ ਜਲਦੀ ਵਿਸਤਾਰਪੂਰਵਕ ਗਰੰਟੀ ਦੇਣਗੇ। ਸੋ ਕੇਜਰੀਵਾਲ ਸਾਹਿਬ ਨੇ ਜੋ ਕਿਹਾ ਉਹ ਕੀਤਾ ਹੈ ਦਿੱਲੀ ਦੇ ਵਿੱਚ, ਉਸੇ ਮਾਡਲ 'ਤੇ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸਰਕਾਰ ਬਣਾਉਣਗੇ ਅਤੇ ਅਸੀਂ ਕਰਕੇ ਦਿਖਾਵਾਂਗੇ। ਪਿਛਲੇ ਵਾਰ ਦੀਆਂ ਵੀ ਚੋਣਾਂ ਆਪਾਂ ਨੇ ਇੱਕ ਬਹੁਤ ਹੀ ਭਾਰੀ ਬਹੁਮਤ ਦੇ ਨਾਲ ਜਿੱਤੀਆਂ ਸੀ। ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਨੇ ਐਸਾ ਥੰਮ ਸੀ ਜਿਹੜਾ ਪੱਬਾਂ ਭਾਰ ਕਰ ਦਿੱਤਾ ਸੀ, ਗੋਡਲੀਆਂ ਭਾਰ ਕਰ ਦਿੱਤਾ ਸੀ ਦਲਜੀਤ ਸਿੰਘ ਚੀਮਾ। ਹੁਣ ਵੀ ਲੋਕ ਇਹੀ ਸੋਚ ਰਹੇ ਨੇ, ਇੱਕ ਸਮਾਂ ਹੁੰਦਾ ਸੀ ਵੀ ਅਕਾਲੀ ਹੈ, ਪੰਜਾ ਹੈ ਜਾਂ ਤੱਕੜੀ ਹੈ, ਇਹਨਾਂ ਨੂੰ ਵੋਟਾਂ ਪਾ ਦਿਓ, ਸਾਡੇ ਬੁੜੇ ਫਿਰੀ ਜਾਂਦੇ ਸੀ, ਤੱਕੜੀ ਨੂੰ ਪਾ ਦਿਓ, ਪੰਜੇ ਨੂੰ ਪਾ ਦਿਓ। ਹੁਣ ਲੋਕਾਂ ਦਾ ਝੁਕਾਅ ਵੀ ਇਹ ਸਾਰਾ ਕੁਝ ਅਸੀਂ ਦੇਖ ਲਿਆ, ਆਜ਼ਾਦੀ ਤੋਂ ਬਾਅਦ ਇਹਨਾਂ ਨੇ ਸਾਡੇ ਦੇਸ਼ ਨੂੰ ਲੁੱਟਿਆ ਹੈ ਜਾਂ ਸਾਨੂੰ ਕੁਝ ਨਹੀਂ ਇਹਨਾਂ ਤੋਂ ਪ੍ਰਾਪਤ ਹੋਇਆ। ਹੁਣ ਤੁਹਾਡੇ ਵੱਲ ਝੁਕਾਅ ਜ਼ਿਆਦਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਆਪਣੇ ਨਿੱਜੀ ਵਿਚਾਰ ਨੇ ਮੇਰੇ? ਇਹ ਤਾਂ ਹੈਗਾ ਹੀ ਹੈ, ਜਦੋਂ ਲੋਕਾਂ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਇਆ, ਘਰ ਘਰ ਰੁਜ਼ਗਾਰ ਵਾਲੇ ਕਾਰਡ ਅਲਮਾਰੀਆਂ 'ਚ ਪਏ ਰਹਿ ਗਏ, ਅਤੇ ਬਿਜਲੀ ਪਾਕਿਸਤਾਨ ਨੂੰ ਭੇਜਣ ਦੀ ਗੱਲ ਕਰਦੇ ਸੀ, ਪਰ ਇੱਥੇ ਬਿਜਲੀ ਦੇ ਕੱਟ ਲੱਗਦੇ ਆ ਲੋਕਾਂ ਦੇ ਗਰਮੀਆਂ 'ਚ, ਜਦੋਂ ਰਾਤ ਨੂੰ ਮੱਛਰ ਖਾਂਦਾ ਤੋੜ ਤੋੜ। ਸੋ ਲੋਕ ਇਹਨਾਂ ਤੋਂ ਔਖੇ ਬਹੁਤ ਨੇ, ਰੁਜ਼ਗਾਰ ਦੇ ਲਈ ਡਾਂਗਾਂ ਪੈਂਦੀਆਂ ਜਦੋਂ ਰੈਲੀ ਜਾਂਦੇ ਆ,
ਅਤੇ ਇਸ ਐਤਕੀ ਲੋਕ ਕਿਸੇ ਸ਼ਗੂਫੇਬਾਜ਼ੀ ਝੂਠ ਦੇ ਵਿੱਚ ਆਉਣ ਵਾਲੇ ਨਹੀਂ ਹੈ। ਲੋਕ ਬਦਲਾਅ ਦੇ ਲਈ ਆਪਣਾ ਮਨ ਬਣਾਈ ਬੈਠੇ ਹੈ ਔਰ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਾਂਗ ਅਰਵਿੰਦ ਕੇਜਰੀਵਾਲ ਜੀ ਦੀ ਝਾੜੂ ਵਾਲੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਲੋਕ ਬਣਾਉਣ ਦੇ ਲਈ ਮਨ ਬਣਾਈ ਬੈਠੇ ਹੈ। ਚੰਡੀਗੜ੍ਹ 'ਚ ਅੱਜ ਹੋ ਗਿਆ ਧਮਾਕਾ, ਐਵੇਂ ਪੰਜਾਬ 'ਚ ਹੋ ਜਾਏਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਮੇਰੇ ਨਾਲ ਦਿਨੇਸ਼ ਚੱਡਾ ਜੀ, ਆਮ ਆਦਮੀ ਪਾਰਟੀ ਦੇ। ਅੱਜ ਇਹਨਾਂ ਨੂੰ ਰੋਪੜ ਰੂਪਨਗਰ ਹਲਕੇ ਤੋਂ ਟਿਕਟ ਅਲਾਊਂਸ ਕੀਤੀ ਗਈ ਹੈ। ਇਸ ਵਕਤ ਗੁਰਦੁਆਰਾ ਭੱਠਾ ਸਾਹਿਬ ਵਿਖੇ ਨਮਸਕਾਰ ਕਰਕੇ ਇਹ ਆਪਣੀ ਜੋ ਪਾਰਟੀ ਦਾ ਹੈ ਚੋਣ ਪ੍ਰਚਾਰ ਆਰੰਭ ਕਰ ਰਹੇ ਨੇ। ਹੋਰ ਪਾਰਟੀ ਦੇ ਨੇਤਾ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ। ਤੁਹਾਨੂੰ ਕਿਸ ਤਰ੍ਹਾਂ ਲੱਗਿਆ ਚੱਡਾ ਸਾਹਿਬ ਨੂੰ ਟਿਕਟ ਮਿਲੀ ਹੈ? ਤੁਸੀਂ ਆਪਾਂ ਵੀ ਆਮ ਆਦਮੀ ਪਾਰਟੀ ਜਾਂ ਪਾਰਟੀ ਦੇ ਸਾਰੇ ਵਰਕਰ ਮੇਰੇ ਨਾਲ ਖੜ੍ਹੇ ਨੇ, ਵਕੀਲ ਸਾਹਿਬ ਨੇ ਕੀ ਕਹਿਣਾ ਚਾਹੁੰਦੇ ਜੀ? ਚੱਡਾ ਸਾਹਿਬ ਨੂੰ ਟਿਕਟ ਮਿਲੀ, ਸਾਨੂੰ ਬਹੁਤ ਖੁਸ਼ੀ ਹੋਈ ਹੈ। ਮੈਂ ਵੀ ਆਮ ਵਰਕਰ ਹਾਂ, ਠੀਕ ਹੈ ਜੀ। ਅਸੀਂ ਵਰਕ ਨਾਲ ਸਿਰ ਪਰੇ ਜਿੱਤਣਾ, ਚੱਡਾ ਸਾਹਿਬ ਨੇ ਵਰਕਰ ਹੋਣਗੇ ਤਾਂ ਚੱਡਾ ਸਾਹਿਬ ਬਾਜੀ ਜਿੱਤਣਗੇ। ਹਾਂ, ਚੱਡਾ ਸਾਹਿਬ ਤਾਂ ਚੱਡਾ ਸਾਹਿਬ ਵੀ ਮਿਹਨਤ ਕਰ ਰਹੇ ਹਾਂ, ਅਸੀਂ ਵੀ ਕਰ ਰਹੇ ਹਾਂ। ਮਹੀਨਾ ਡੇਢ ਮਹੀਨਾ ਹੋ ਗਿਆ ਸਾਰੇ ਸ਼ਹਿਰ 'ਚ ਪਿੰਡਾਂ 'ਚ ਘੁੰਮ ਰਹੇ ਅਸੀਂ। ਚੱਡਾ ਸਾਹਿਬ ਨੂੰ ਕੱਲ੍ਹ ਟਿਕਟ ਮਿਲੀ, ਬਹੁਤ ਬੜੀ ਖੁਸ਼ੀ ਹੋਈ ਸਾਨੂੰ। ਮੇਰੇ ਨਾਲ ਐਡਵੋਕੇਟ ਸਾਹਿਬ ਨੇ ਸਾਡੇ ਇਲਾਕੇ ਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂ ਕਹਿਣਾ ਇਹ ਚਾਹੁੰਦਾ ਵੀ ਚੱਡਾ ਸਾਹਿਬ ਦੇ ਨਾਲ, ਕਿਉਂਕਿ ਲੋਕ ਨੀਤੀਆਂ ਤੋਂ ਤੰਗ ਨੇ। ਅਕਾਲੀ ਦਲ ਵੀ ਦੇਖ ਲਿਆ, ਕਾਂਗਰਸ ਵੀ ਦੇਖ ਲਈ, ਪੰਜਾਬ ਵੀ ਦੇਖ ਲਿਆ, ਤੱਕੜੀ ਵੀ ਦੇਖ ਲਈ, ਸਾਰਾ ਕੁਛ ਦੇਖ ਲਿਆ। ਹੁਣ ਲੋਕਾਂ ਕੋਲ ਹਾਲਤ ਇਹੀ ਹੈ ਵੀ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ, ਕਿਉਂਕਿ ਆਮ ਆਦਮੀ ਪਾਰਟੀ ਨੂੰ ਜੋ ਦਿੱਲੀ ਦੇ ਵਿੱਚ ਮੌਕਾ ਮਿਲਿਆ ਹੈ ਉੱਥੇ ਵਧੀਆ ਹੀ ਕੰਮ ਹੋ ਰਹੇ ਨੇ। ਮੇਰੇ ਨਾਲ ਐਡਵੋਕੇਟ ਨੇ ਸੈਂਪਲਪੁਰ ਤੋਂ, ਬਹੁਤ ਵਧੀਆ ਇਨਸਾਨ ਨੇ, ਐਡਵੋਕੇਟ ਭਾਈਚਾਰਾ ਵੀ ਜ਼ਿਆਦਾ ਜੁੜਿਆ ਹੋਇਆ। ਆਪਾਂ ਗੱਲਬਾਤ ਕਰਦੇ ਹਾਂ, ਕਿਸ ਤਰ੍ਹਾਂ ਦਾ ਲੱਗਿਆ ਜੀ, ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਹੈਗੀ ਹੈ। ਪਹਿਲਾਂ ਤਾਂ ਮੈਂ ਤੁਹਾਡਾ ਪ੍ਰਾਈਮ ਉਹਦੇ ਟੀਵੀ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ। ਤੁਸੀਂ ਅੱਜ ਇਸ ਖੁਸ਼ੀ ਦੇ ਮੌਕੇ 'ਤੇ ਸਾਰੇ ਇਕੱਠੇ ਹੋਏ ਹੋ। ਸਭ ਤੋਂ ਪਹਿਲਾਂ ਸਾਡਾ ਇਕਲਾਕੀ ਫਰਜ਼ ਬਣਦਾ ਹੈ ਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਤਾਂ ਉਹਨਾਂ ਨੂੰ ਸਮਰਪਿਤ ਅਸੀਂ ਆਪਣਾ ਪ੍ਰਣਾਮ ਦਿੰਦੇ ਹਾਂ ਸ਼ਹੀਦਾਂ ਨੂੰ। ਅਤੇ ਉਸ ਤੋਂ ਬਾਅਦ ਦੀ ਗੱਲ ਕਰੀ ਜਾਵੇ ਤਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲ ਸਾਰਾ ਹੀ ਦੇਸ਼ ਜਿਹੜਾ ਉਹ ਅੱਖਾਂ ਟੱਟ ਕੇ ਦੇਖ ਰਿਹਾ ਅਤੇ ਉਮੀਦ ਕਰਦਾ ਹੈ ਕਿ ਕੁਛ ਚੰਗਾ ਹੋਣ ਦੀ ਜਿਹੜੀ ਉਮੀਦ ਹੋ ਸਕਦੀ। ਜਿਸ ਤਰ੍ਹਾਂ ਹਨੇਰੀ ਤੋਂ ਪਹਿਲਾਂ ਪੱਤਿਆਂ ਦਾ ਖੜਕਾ ਦੱਸ ਦਿੰਦਾ ਹੈ ਕਿ ਹਨੇਰੀ ਆਉਣ ਵਾਲੀ ਹੈ, ਇਸ ਤਰ੍ਹਾਂ ਜਦੋਂ ਕੋਈ ਚੰਗੀ ਚੀਜ਼ ਹੋਣ ਵਾਲੀ ਹੈ ਕੁਛ ਸੰਕੇਤ ਮਿਲ ਜਾਂਦੇ ਨੇ ਲੋਕਾਂ ਵੱਲੋਂ, ਹੈ ਜੀ ਲੋਕਾਂ ਜਿਹਦਾ ਅੱਗੇ ਆਗਾਜ਼ ਹੈਗਾ ਉਹ ਅੱਜ ਤੁਸੀਂ ਦੇਖ ਲਿਆ ਕਿ ਚੰਡੀਗੜ੍ਹ ਦੇ ਵਿੱਚ 14-15 ਸੀਟਾਂ 'ਤੇ ਸੁਪੜਾ ਸਾਫ਼ ਕਰ ਦਿੱਤਾ। ਜਿਹੜੀ ਬੀਜੇਪੀ ਦੇ ਵੱਡੇ ਵੱਡੇ ਦਿੱਗਜ ਚੰਡੀਗੜ੍ਹ ਦੇ ਵਿੱਚ ਰਾਜ ਕਰਦੇ ਸੀ, ਅੱਜ ਉਹਨਾਂ ਦੀ ਜਿਹੜੀ ਮਿਊਂਸੀਪਲ ਕਮੇਟੀ ਹੈ ਉਹਨਾਂ ਨੇ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਕਰ ਦਿੱਤਾ ਕਿ ਪਬਲਿਕ ਚਾਹੁੰਦੀ ਕੀ ਹੈ? ਪਬਲਿਕ ਚਾਹੁੰਦੀ ਹੈ ਸਹੂਲਤਾਂ, ਪਬਲਿਕ ਚਾਹੁੰਦੀ ਹੈ ਕਾਨੂੰਨ, ਪਬਲਿਕ ਚਾਹੁੰਦੀ ਹੈ ਸਿਹਤ ਸਹੂਲਤਾਂ। ਵਕੀਲ ਸਾਹਿਬ, ਆਮ ਆਦਮੀ ਪਾਰਟੀ ਨੇ ਇੱਕ ਆਪਣਾ ਨੇਤਾ ਚੁਣਿਆ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਮਰਜੀਤ ਸਿੰਘ ਸੰਦੋਆ, ਬੜਾ ਕੁਝ ਬੜੀਆਂ ਵੋਟਾਂ ਦੇ ਨਾਲ ਉਹਨਾਂ ਨੇ ਇੱਕ ਅਕਾਲੀ ਦਲ ਦਾ ਥੰਮ ਸਿੱਟਿਆ ਸੀ ਉਹਨਾਂ ਗੱਲ। ਹੁਣ ਇੱਕ ਚੈਨਲ ਨੇ ਇੰਟਰਵਿਊ ਕੀਤੀ ਸੀ, ਉਹ ਕਹਿੰਦਾ ਮੈਂ ਗੋਭੀਆਂ ਵੇਚਾਂਗਾ, ਗਾਜਰਾਂ ਲਾਵਾਂਗਾ, ਮੂਲੀਆਂ ਪੱਟਾਂਗਾ, ਇਹ ਫਿਰ ਕੀ ਹੈ? ਇਸ ਤਰ੍ਹਾਂ ਦੇ ਨੇਤਾ ਫਿਰ ਆਪਾਂ ਕਿਉਂ ਚੁਣਦੇ? ਫਿਰ ਸਾਨੂੰ ਵੀ ਤਾਂ ਇਹਦੇ ਵਿੱਚ ਮੋਹ ਹੁੰਦਾ, ਇਹਦੇ ਬਾਰੇ ਤੁਹਾਡੇ ਵਿਚਾਰ? ਇਹ ਜੋ ਉਹਨਾਂ ਦਾ ਰਾਤ ਦਾ ਬਿਆਨ ਜਿਹਦੇ ਤੁਸੀਂ ਉਹਦੀ ਗੱਲ ਕਰਦੇ ਹੋ ਤਾਂ ਮੈਂ ਗੱਲ ਕਹਾਂਗਾ ਕਿ ਉਹਨਾਂ ਦਾ ਆਪਣਾ ਨਿੱਜੀ ਪ੍ਰਾਈਵੇਟ ਪਰਸਨਲ ਓਪੀਨੀਅਨ ਹੈ, ਉਹ ਦੇ ਸਕਦੇ ਹੈ, ਉਹ ਲੋਕਤੰਤਰ ਆਪਾਂ ਰੋਕ ਨਹੀਂ ਸਕਦੇ ਉਹਨਾਂ ਨੂੰ। ਪਰ ਜਿਹੜਾ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਬਹੁਮਤ ਨਾਲ ਦਿੱਤਾ ਸੀ, ਉਹ ਕਿਸੇ ਹੋਰ ਤੁਸੀਂ ਜਿੱਧਰ ਇਸ਼ਾਰਾ ਕਰ ਰਹੇ ਹੋ ਤੁਸੀਂ ਕਿ ਪਾਰਟੀ ਵਿੱਚ ਚਲੇ ਗਏ ਜਾਂ ਉਹ ਸਕਿੱਪ ਕਰ ਗਏ ਇੱਥੋਂ, ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਉਹਨੇ ਕਿ ਜੇ ਕੋਈ ਇਹੋ ਜਿਹੀ ਮਸ਼ੀਨ ਬਣੇ ਨਾ ਜਿੱਥੋਂ ਪਤਾ ਲੱਗ ਜਾਵੇ ਕਿ ਇਸ ਬੰਦੇ ਦੇ ਦਿਲ 'ਚ ਕੀ ਹੈ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਖਰੀਦੇਗੀ, ਅਸੀਂ ਖਰੀਦਾਂਗੇ ਕਿ ਜਿੱਥੋਂ ਪਤਾ ਲੱਗ ਸਕੇ ਕਿ ਇਹ ਬੰਦੇ ਦੇ ਵਿੱਚ ਇਹ ਬੰਦੇ ਦੇ ਮਨ 'ਚ ਕੀ ਹੈਗਾ। ਦੂਸਰੀ ਗੱਲ ਕਰੀ ਜਾਵੇ ਵੱਡੀਆਂ ਵੱਡੀਆਂ ਪਾਰਟੀਆਂ 'ਚੋਂ CM ਜਿਹੜੇ ਪਾਵਰ 'ਚ ਸੀਗੇ ਉਹ ਛੱਡ ਕੇ ਦੂਸਰੀ ਪਾਰਟੀ ਚਲੇ ਗਏ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਛੋਟੇ ਇੱਟ ਨਾਲ ਬਾਕੀ ਬਿਲਡਿੰਗ ਨੂੰ ਕੋਈ ਫਰਕ ਪੈਂਦਾ। ਜੋ ਹਲਕੇ ਦਾ ਪਹਿਲਾਂ MLA ਸੀ, ਅਗਰ ਉਹ ਇੱਧਰ ਉੱਧਰ ਹੋਇਆ ਵੀ ਹੈ, ਥੋੜ੍ਹਾ ਬਹੁਤਾ ਪੁਰਿਆ ਵੀ ਹੈ, ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਪਾਰਟੀ ਉਮੀਦ। ਵਕੀਲ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਕਿ ਜੇ ਕੋਈ ਸੰਸਾਰ ਦੇ ਵਿੱਚ ਮਸ਼ੀਨ ਬਣਦੀ ਹੈ ਜਿਹਦੇ ਵਿੱਚ ਪਤਾ ਲੱਗ ਜਾਵੇ ਕਿ ਇਹਦੇ ਦਿਲ ਵਿੱਚ ਕੀ ਹੈ ਤਾਂ ਉਹ ਮਸ਼ੀਨ ਆਮ ਆਦਮੀ ਪਾਰਟੀ ਖਰੀਦਣਾ ਚਾਹੇਗੀ, ਕਿਉਂਕਿ ਉਸ ਮਸ਼ੀਨ ਦੇ ਵਿੱਚ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਵਾਲੇ ਦਿਲ ਤੋਂ ਅੰਦਰ ਤੋਂ ਸਾਫ਼ ਨੇ, ਇਹਨਾਂ ਦੇ ਦਿਲ ਵਿੱਚ ਕੀ ਹੈ। ਬਹੁਤ ਵਧੀਆ, ਕਿਉਂਕਿ ਖੜ੍ਹੇ ਵੀ ਅਸੀਂ ਗੁਰਦੁਆਰਾ ਸਾਹਿਬ ਵਿੱਚ ਹਾਂ, ਗੁਰਦੁਆਰਾ ਭੱਠਾ ਸਾਹਿਬ ਹੈ ਜਿੱਥੇ ਦਸ਼ਮੇਸ਼ ਪਿਤਾ ਦੇ ਪੌੜਾਂ ਦੇ ਨਾਲ ਘੋੜੇ ਦੇ ਨਾਲ ਭੱਠਾ ਠੰਡਾ ਹੋਇਆ ਸੀ। ਆਮ ਆਦਮੀ ਪਾਰਟੀ ਵੱਲ ਲੋਕਾਂ ਦੀਆਂ ਬਹੁਤ ਨਿਗਾਹਾਂ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਕੰਮ, ਲੋਕਾਂ ਦੇ ਮਨਾਂ 'ਤੇ ਹੋਈਆਂ ਜੋ ਵੀ ਉਹਨਾਂ ਨੇ ਕੀਤਾ ਹੈ, ਜੋ ਮੁੱਦੇ ਨੇ ਬੇਅਦਬੀਆਂ ਦੇ ਮੁੱਦੇ ਨੇ, ਕਾਂਗਰਸ ਸਰਕਾਰ ਦੇ ਮੁੱਦੇ ਨੇ, ਪਰ ਇਸ ਵਕਤ ਇਹਨਾਂ ਦੀ ਸਥਿਤੀ ਰੋਪੜ ਵਿੱਚ ਮਜ਼ਬੂਤ ਹੋ ਰਹੀ ਹੈ। ਇੱਕ ਬਹੁਤ ਹੀ ਵਧੀਆ ਗੱਲ ਇਹ ਹੈ ਕਿ ਸਾਡੇ ਜ਼ਿਲ੍ਹੇ ਦੇ ਐਡਵੋਕੇਟ ਨੇ, ਬਹੁਤ ਹੰਢੇ ਹੋਏ ਇਨਸਾਨ ਨੇ ਦਿਨੇਸ਼ ਚੱਡਾ ਜੀ। ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਖੜ੍ਹੇ ਹਾਂ, ਗੁਰਦੁਆਰਾ ਭੱਠਾ ਸਾਹਿਬ ਵਿੱਚ ਕੇ ਨਮਸਕਾਰ ਕਰਕੇ ਦਿਨੇਸ਼ ਚੱਡਾ ਜੀ ਜਾ ਚੁੱਕੇ ਨੇ। ਆਪਣੇ ਪਾਰਟੀ ਦਾ ਪ੍ਰਚਾਰ ਉਹਨਾਂ ਵੱਲੋਂ ਅੱਜ ਆਰੰਭ ਕਰ ਦਿੱਤਾ ਗਿਆ ਹੈ। ਮੈਂ ਪ੍ਰਾਈਮ ਉਹਦੇ ਤੋਂ ਹਰਵਿੰਦਰ ਰੋਪੜ ਤੋਂ ਕੈਮਰਾ ਪਰਸਨ ਸੰਦੀਪ ਕੌਰ ਦੇ ਨਾਲ, ਦੇਖਦੇ ਰਹੋ ਪ੍ਰਾਈਮ ਉਹਦੇ।